ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਅੱਜ ਇੱਕ ਬੜੇ ਹੀ ਇੰਪੋਰਟੈਂਟ ਟੌਪਿਕ ਦੇ ਉੱਤੇ ਗੱਲ ਹੋਣੀ ਹੈ। ਸਬਰ ਨਾਲ ਸੁਣਨ ਦੀ ਕੋਸ਼ਿਸ਼ ਕਰਨੀ। ਅਸੀਂ ਖੜ੍ਹੇ ਹਾਂ ਜੀ ਇਸ ਵੇਲੇ, ਜਿਹੜੇ ਸਾਡੇ ਸੱਤਵੇਂ ਸਤਿਗੁਰੂ ਆ, ਧੰਨ ਧੰਨ ਸ੍ਰੀ ਗੁਰੂ ਹਰ ਰਾਏ ਸਾਹਿਬ ਜੀ, ਉਹਨਾਂ ਦਾ ਵੱਡਾ ਸਾਹਿਬਜ਼ਾਦਾ ਹੀ ਰਾਮ ਰਾਏ, ਛੋਟਾ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ, ਛੋਟੇ ਗੁਰੂ ਗੱਦੀ 'ਤੇ ਬੈਠਦੇ, ਸਾਡੇ ਅੱਠਵੇਂ ਪਾਤਸ਼ਾਹ ਬਣਦੇ ਆ। ਅਤੇ ਰਾਮ ਰਾਏ ਜੀ ਬਾਰੇ, ਉਹ ਰਾਮ ਰਾਏ ਜਿਨ੍ਹਾਂ ਦੇ ਉੱਤੋਂ ਇੱਕ ਵੱਖਰਾ ਧਰਮ ਚੱਲਿਆ, ਜਿਨ੍ਹਾਂ ਨੂੰ ਰਾਮ ਰਾਈਏ ਕਹਿੰਦੇ ਸੀ, ਅਤੇ ਉਹਨਾਂ ਬਾਰੇ ਜਿੱਥੇ ਜਿਹਦੇ ਵਿੱਚ ਸਾਡੀ ਸਿੱਖ ਰਹਿਤ ਮਰਿਆਦਾ 'ਚ ਲਿਖਿਆ ਕਿ ਸਿੱਖ ਨੇ ਇਹ ਰਾਮ ਰਾਈਆਂ ਦੇ ਨਾਲ ਕੋਈ ਨਾਤਾ ਨਹੀਂ ਰੱਖਣਾ, ਉੱਥੇ ਹੋਰਨਾਂ ਦਾ ਵੀ ਲਿਖਿਆ, ਪਰ ਆਪਾਂ ਅੱਜ ਸਿਰਫ ਗੱਲ ਕਰ ਰਹੇ ਹਾਂ ਰਾਮ ਰਾਈਆਂ ਦੀ। ਅਸੀਂ ਇੱਥੇ ਖੜ੍ਹੇ ਹਾਂ, ਅਸੀਂ ਸਿਰਫ ਕੁਛ ਸੱਚ ਦੀ ਗੱਲ ਕਰਨਾ ਹੈ, ਜੋ ਇਤਿਹਾਸ ਆ ਉਹਦੀ ਸਾਂਝ ਪਾਉਣਾ ਹੈ। ਇਹਦੇ ਪਿੱਛੇ ਕਾਰਨ ਕੀ ਬਣੇ? ਕਾਰਨ ਇੱਦਾਂ ਬਣਦੇ ਆ ਕਿ ਧੰਨ ਧੰਨ ਸ੍ਰੀ ਗੁਰੂ ਹਰ ਰਾਏ ਸਾਹਿਬ ਜੀ ਦੇ ਟਾਈਮ ਦੇ ਉੱਤੇ ਔਰੰਗਜ਼ੇਬ ਰਾਜਾ ਬੈਠਾ ਹੋਇਆ ਵਾ ਤਖ਼ਤ 'ਤੇ, ਉਹਦੇ ਕੰਨ ਭਰੇ ਜਾ ਰਹੇ ਆ ਬਹੁਤ ਜ਼ੋਰ ਦੇ ਨਾਲ ਕਿ ਇਹਨਾਂ ਨੇ ਬਾਣੀ ਦੇ ਵਿੱਚ ਗਲਤ ਲਿਖਿਆ ਵਾ ਮੁਸਲਮਾਨ ਧਰਮ ਬਾਰੇ। ਜਦੋਂ ਉਹ ਫਿਰ ਆਪਣੀ ਕਲੈਰੀਫਿਕੇਸ਼ਨ ਵਾਸਤੇ ਸੱਦਦਾ ਵਾ, ਅਤੇ ਗੁਰੂ ਹਰ ਰਾਏ ਜੀ ਆਪਣੇ ਪੁੱਤਰ ਰਾਮ ਰਾਏ ਨੂੰ ਭੇਜਦੇ ਆ। ਜਿਹੜੇ ਰਾਮ ਰਾਏ ਸੀ ਉਹ ਹਰ ਪਾਸਿਓਂ ਕੈਪੇਬਲ ਸੀਗੇ ਉਹਨਾਂ ਦੇ ਆਂਸਰ ਦੇਣ ਦੇ, ਉਹ ਦਿੱਲੀ ਆਉਂਦੇ ਆ। ਦਿੱਲੀ ਆਣ ਕੇ ਮਜਨੂੰ ਟਿੱਲਾ ਵਾਲਾ ਸਥਾਨ ਜਿਹੜਾ ਗੁਰਦੁਆਰਾ ਸਾਹਿਬ ਆ, ਉੱਥੇ ਇੱਕ ਖੂਹ ਦੇ ਉੱਤੇ ਚਾਦਰ ਵਿਛਾਈ ਸੀ ਅਤੇ ਰਾਮ ਰਾਏ ਜੀ ਉਸ ਚਾਦਰ ਦੇ ਉੱਤੇ ਬੈਠ ਗਏ ਸੀਗੇ। ਉੱਥੇ 72 ਕਰਾਮਾਤਾਂ ਇਤਿਹਾਸ ਦੱਸਦਾ ਵਾ ਕਿ 72 ਕਰਾਮਾਤਾਂ ਰਾਮ ਰਾਏ ਜੀ ਨੇ ਦਿੱਲੀ 'ਚ ਦਿਖਾਈਆਂ। ਉਹ 72 ਕਰਾਮਾਤਾਂ ਜਿਹੜੀਆਂ ਸੀਗੀਆਂ ਨਾ, ਉਹਨਾਂ ਤੋਂ ਔਰੰਗਜ਼ੇਬ ਬਹੁਤ ਖੁਸ਼ ਹੋ ਕੇ ਉਹਨਾਂ ਦਾ ਉਪਾਸ਼ਕ ਬਣ ਗਿਆ। ਮੁੜ ਕੇ ਕੀ ਹੋਇਆ, ਰਾਮ ਰਾਏ ਜੀ ਤੋਂ ਖੁਸ਼ ਬਹੁਤ ਹੋਇਆ ਔਰੰਗਜ਼ੇਬ, ਪਰ ਔਰੰਗਜ਼ੇਬ ਉਹਨਾਂ ਨੂੰ ਪੁੱਛਦਾ ਵਾ ਕਿ ਜਿਹੜਾ ਤੁਸੀਂ ਲਿਖਿਆ ਵਾ ਗੁਰੂ ਨਾਨਕ ਦੇਵ ਜੀ ਨੇ, ਮਿੱਟੀ ਮੁਸਲਮਾਨ ਕੀ ਪੇੜੇ ਪਈ ਘੁਮਿਆਰ, ਇਹਦਾ ਕੀ ਮਤਲਬ ਆ? ਉਦੋਂ ਰਾਮ ਰਾਏ ਜੀ ਆਪਣੀ ਗੱਲ ਤੋਂ ਥਿੜਕ ਗਏ, ਅਤੇ ਇਹ ਉਹਨਾਂ ਨੂੰ ਅਰਥ ਸਮਝਾਉਣ ਦੀ ਥਾਂ 'ਤੇ ਕਿ ਕਿਉਂ ਗੁਰੂ ਸਾਹਿਬ ਨੇ ਲਿਖਿਆ ਮਿੱਟੀ ਮੁਸਲਮਾਨ ਕੀ ਪੇੜੇ ਪਈ ਘੁਮਿਆਰ, ਘੜ ਭਾਂਡੇ ਇੱਟਾਂ ਕੀਆਂ, ਜਲਦੀ ਕਰੇ ਪੁਕਾਰ, ਉਹਦੀ ਥਾਂ 'ਤੇ ਰਾਮ ਰਾਏ ਜੀ ਨੇ ਕਹਿ ਦਿੱਤਾ ਸੀ ਮਿੱਟੀ ਬੇਈਮਾਨ ਕੀ ਪੇੜੇ ਪਈ ਘੁਮਿਆਰ। ਉਹ ਮੁਸਲਮਾਨ ਵਰਡ ਤੋਂ ਚੇਂਜ ਕਰਕੇ ਬੇਈਮਾਨ ਕਰ ਦਿੱਤਾ। ਉਸ ਵੇਲੇ ਰਾਮ ਰਾਏ ਨੂੰ ਤਾਂ ਔਰੰਗਜ਼ੇਬ ਦੀ ਖੁਸ਼ੀ ਮਿਲ ਗਈ, ਪਰ ਜਿਹੜੇ ਹੋਰ ਸਿੱਖ ਰਾਮ ਰਾਏ ਜੀ ਨਾਲ ਗਏ ਸੀ, ਉਹਨਾਂ ਨੇ ਗੁਰੂ ਹਰ ਰਾਏ ਜੀ ਨੂੰ ਘੱਲ ਲਿਖ ਘੱਲਿਆ ਕਿ ਰਾਮ ਰਾਏ ਨੇ ਇਹ ਬੱਜਰ ਗਲਤੀ ਕੀਤੀ ਹੈ। ਅਤੇ ਗੁਰੂ ਹਰ ਰਾਏ ਜੀ ਨੇ ਉਸੇ ਵੇਲੇ ਹੁਕਮ ਦੇ ਦਿੱਤਾ ਸੀਗਾ ਕਿ ਅਸੀਂ ਇਸ ਰਾਮ ਰਾਏ ਦੇ ਹੁਣ ਮੱਥੇ ਨਹੀਂ ਲੱਗਣਾ, ਅਤੇ ਸਾਡਾ ਸਿੱਖ ਕੋਈ ਇਹਨੂੰ ਨਾ ਮੰਨੇ। ਇਹ ਦੋ ਗੱਲਾਂ ਸੀ। ਸੋ ਰਾਮ ਰਾਏ ਨੂੰ ਵੀ ਪਤਾ ਲੱਗ ਗਿਆ, ਪਰ ਰਾਮ ਰਾਏ ਆਏ ਆ, ਗੁਰੂ ਸਾਹਿਬ ਨੇ ਦਰਵਾਜ਼ਾ ਬੰਦ ਕਰ ਲਿਆ। ਰਾਮ ਰਾਏ ਨੇ ਕੋਸ਼ਿਸ਼ ਕੀਤੀ ਮਿਲਣ ਦੀ, ਪਰ ਗੁਰੂ ਰਾਏ ਹਰ ਰਾਏ ਜੀ ਦਾ ਹੁਕਮ ਸੀ। ਅਤੇ ਜਦੋਂ ਰਾਮ ਰਾਏ ਨੇ ਪੁੱਛਿਆ ਕਿ ਮੈਂ ਕਿੱਧਰ ਜਾਵਾਂ, ਤਾਂ ਗੁਰੂ ਸਾਹਿਬ ਨੇ ਕਿਹਾ ਸੀ ਜਿੱਧਰ ਨੂੰ ਤੇਰਾ ਮੂੰਹ ਉੱਧਰ ਨੂੰ ਚੱਲਿਆ ਜਾ। ਇੱਥੋਂ ਫਿਰ ਇਤਿਹਾਸ ਪਤਾ ਲੱਗਦਾ ਕਿ ਉਹ ਕੀਰਤਪੁਰ ਸਾਹਿਬ ਤੋਂ ਜਿਹੜਾ ਪੱਛਮ ਵੱਲ ਨੂੰ ਮੂੰਹ ਸੀ, ਕਰਤਾਰਪੁਰ ਸਾਹਿਬ ਜਿਹੜਾ ਜਲੰਧਰ ਲਾਗੇ ਧੀਰ ਮੱਲ ਕੋਲ ਵੀ ਗਏ ਆ, ਲਾਹੌਰ ਤੱਕ ਜਾਂਦੇ ਆ, ਵਾਪਸ ਮੁੜ ਕੇ ਦਿੱਲੀ ਆਉਂਦੇ ਆ। ਦਿੱਲੀ ਤੋਂ ਜਿਹੜਾ ਆ ਮਹਾਰਾਜਾ, ਕਿਉਂਕਿ ਔਰੰਗਜ਼ੇਬ ਤਾਂ ਖੁਸ਼ ਸੀਗਾ, ਔਰੰਗਜ਼ੇਬ ਕੋਲ ਆਉਂਦੇ ਆ, ਔਰੰਗਜ਼ੇਬ ਦੇ ਕੰਨ ਵੀ ਭਰਦੇ ਕਿ ਗੁਰਗੱਦੀ ਜਿਹੜੀ ਛੋਟੇ ਨੂੰ ਮਿਲ ਗਈ ਆ ਸਾਨੂੰ ਨਹੀਂ ਮਿਲੀ, ਉਹਦੇ 'ਚ ਵੀ ਇਹ ਵੀ ਇੱਕ ਕਾਰਨ ਬਣਿਆ ਸੀ ਅੱਠਵੇਂ ਪਾਤਸ਼ਾਹ ਦੀ ਜਿਹੜਾ ਜੋਤੀ ਸਮਾਉਣ ਦਾ, ਦਿੱਲੀ ਉਹਨਾਂ ਨੂੰ ਸੱਦਣ ਦਾ। ਰਾਮ ਰਾਏ ਜੀ ਮੁੜ ਕੇ ਇੱਥੇ ਆ ਜਾਂਦੇ ਆ ਦੇਹਰਾਦੂਨ ਵੱਲ, ਇੱਥੇ ਉਹਨਾਂ ਦੀ, ਕਿਉਂਕਿ ਉਹਨਾਂ ਕੋਲ ਸ਼ਕਤੀਆਂ ਸੀਗੀਆਂ, ਕਰਾਮਾਤਾਂ ਸੀਗੀਆਂ, ਉਹਨਾਂ ਦੀ ਸਿੱਖੀ ਸੇਵਕੀ ਬਹੁਤ ਵੱਧ ਗਈ ਇੱਧਰ, ਉਹਨਾਂ ਨੂੰ ਔਰੰਗਜ਼ੇਬ ਨੇ ਵੀ ਜ਼ਮੀਨ ਦੇ ਦਿੱਤੀ, ਉਹਨਾਂ ਆਪਣਾ ਡੇਰਾ ਬਣਾ ਲਿਆ, ਉਹਨਾਂ ਨੂੰ ਗੜਵਾਲ ਦੇ ਰਾਜੇ ਨੇ ਵੀ ਕੁਛ ਪਿੰਡ ਜਿਹੜੇ ਦੇ ਦਿੱਤੇ। ਇਸ ਇਲਾਕੇ ਦੇ ਵਿੱਚ ਰਾਮ ਰਾਏ ਜੀ ਦੇ ਫਿਰ ਬਹੁਤ ਚੇਲੇ ਬਣ ਗਏ, ਔਰ ਰਾਮ ਰਾਏ ਜੀ ਨੂੰ ਸਪੋਰਟ ਕਰਨ ਵਾਲੇ ਕੁਛ ਮਸੰਦ ਵੀ ਸੀ ਜਿਹੜੇ ਗੁਰੂ ਘਰ ਨੂੰ ਛੱਡ ਕੇ ਰਾਮ ਰਾਏ ਜੀ ਦੇ ਨਾਲ ਆਏ ਸੀ। ਉਹਨਾਂ ਦੇ ਵਿੱਚੋਂ ਇੱਕ ਭਾਈ ਬਹਿਲੋ ਜਿਹੜੇ ਹੋਏ ਆ, ਉਹਨਾਂ ਦਾ ਪੋਤਰਾ ਸੀਗਾ ਗੁਰਦਾਸ ਮਸੰਦ। ਇਹ ਮਸੰਦ ਜਿਹੜੇ ਸੀ, ਇਹਨਾਂ ਨੇ ਵੀ
ਜਿਵੇਂ ਰਾਮ ਰਾਏ ਜੀ ਨੂੰ ਹਰ ਵੇਲੇ ਪੰਪ ਦੇ ਕੇ ਰੱਖਿਆ ਕਿ ਨਹੀਂ ਕੋਈ ਗੱਲ ਨਹੀਂ, ਤੁਸੀਂ ਆਪਣੇ ਥਾਂ ਠੀਕ ਆ। ਚਲੋ ਸਮਾਂ ਨਿਕਲਦਾ ਗਿਆ, ਅੱਠਵੇਂ ਨੌਵੇਂ ਪਾਤਸ਼ਾਹ ਤੋਂ ਬਾਅਦ ਦਸਵੇਂ ਪਾਤਸ਼ਾਹ ਦਾ ਸਮਾਂ ਆਉਂਦਾ, ਜਦੋਂ ਦਸਵੇਂ ਪਾਤਸ਼ਾਹ ਆਉਂਦੇ ਆ ਪੌਂਟਾ ਸਾਹਿਬ। ਹੁਣ ਪੌਂਟਾ ਸਾਹਿਬ ਇੱਥੋਂ ਆ ਗਿਆ ਬਹੁਤ ਲਾਗੇ, 60-70 ਕਿਲੋਮੀਟਰ 'ਤੇ ਪੌਂਟਾ ਸਾਹਿਬ। ਮਹਾਰਾਜ ਕਾਫੀ ਲੰਬਾ ਸਮਾਂ ਵੱਸਦੇ ਆ। ਰਾਮ ਰਾਏ ਜੀ ਨੂੰ ਉਦੋਂ ਤੱਕ ਬਹੁਤ ਸਮਾਂ ਲੰਘ ਗਿਆ ਸੀ, ਕੁਛ ਆਪਣੀਆਂ ਗਲਤੀਆਂ ਦਾ ਅਹਿਸਾਸ ਵੀ ਹੋਇਆ, ਕੁਛ ਜਿਹੜਾ ਸਭ ਤੋਂ ਵੱਡਾ ਕਾਰਨ ਬਣਿਆ ਕਿ ਜਿਹੜੇ ਮਸੰਦਾਂ ਨੇ ਰਾਮ ਰਾਏ ਜੀ ਨੂੰ ਚੁੱਕਿਆ ਸੀਗਾ, ਉਹ ਮਸੰਦ ਰਾਮ ਰਾਏ ਨੂੰ ਬਹੁਤ ਤੰਗ ਕਰਨ ਲੱਗ ਪਏ ਸੀ। ਇਹ ਮਸੰਦ ਪ੍ਰਥਾ ਜਿਹੜੀ ਤੀਜੇ ਪਾਤਸ਼ਾਹ ਨੇ ਸ਼ੁਰੂ ਕੀਤੀ ਸੀ, ਇਹ ਦਸਵੇਂ ਪਾਤਸ਼ਾਹ ਨੂੰ ਵੀ ਮਸੰਦ ਸਾੜਨੇ ਪਏ ਸੀਗੇ ਅਨੰਦਪੁਰ ਸਾਹਿਬ। ਤੁਸੀਂ ਆਪ ਦੇਖ ਲਓ ਕਿ ਦਸਵੇਂ ਪਾਤਸ਼ਾਹ ਦੇ ਹੁੰਦਿਆਂ ਵੀ ਉਹ ਜੇ ਮਸੰਦ ਇੰਨੇ ਭ੍ਰਿਸ਼ਟ ਹੋ ਗਏ ਤਾਂ ਰਾਮ ਰਾਏ ਜੀ ਨੂੰ ਕਿੰਨਾ ਕੁ ਤੰਗ ਕਰਦੇ ਹੋਣਗੇ। ਜਿਹੜੇ ਰਾਮ ਰਾਏ ਜੀ ਨੂੰ ਸਪੋਰਟ ਕਰਨ ਵਾਲੇ ਮਸੰਦ ਸੀ, ਉਹ ਚੜਾਵਾ ਵੀ ਖਾ ਜਾਂਦੇ ਸੀ ਅਤੇ ਹਰ ਤਰ੍ਹਾਂ ਤੰਗ ਕਰਦੇ ਸੀ। ਰਾਮ ਰਾਏ ਜੀ ਨੇ ਜਦੋਂ ਦਸਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸੋਭਾ ਸੁਣੀ ਸੀ, ਉਹਨਾਂ ਦੇ ਮਨ 'ਚ ਵੀ ਆਇਆ ਕਿ ਮੈਂ ਉਹਨਾਂ ਨੂੰ ਮਿਲਾਂ। ਉਦੋਂ ਫਿਰ ਜਿਹੜੀ ਆ ਗੁਰੂ ਸਾਹਿਬ ਦੇ ਅੱਗੇ ਬੇਨਤੀ ਕੀਤੀ ਕਿ ਮੈਂ ਮਿਲਣਾ ਚਾਹੁੰਦਾ ਵਾਂ, ਪਰ ਚੁੱਪ ਚੁਪੀਤੇ ਮਿਲਣਾ ਚਾਹੁੰਦਾ ਤਾਂ ਜੋ ਜਿੰਨਾ ਚਿਰ ਗੱਲ ਸਿਰੇ ਨਹੀਂ ਚੜ੍ਹਦੀ ਕਿਸੇ ਦੇ ਨਾਲ ਕਿਸੇ ਨੂੰ ਪਤਾ ਨਾ ਲੱਗੇ। ਇਤਿਹਾਸ ਦੱਸਦਾ ਹੈ ਕਿ ਜਿਹੜੀ ਇਹ ਮਿਲਣੀ ਸੀਗੀ, ਇਹ ਜਮਨਾ ਦਰਿਆ ਦੇ ਵਿੱਚ ਉਹ ਮਿਲਣੀ ਤੈਅ ਹੋ ਗਈ। ਇੱਕ ਬੇੜੀ ਦੇ ਵਿੱਚ ਇੱਕ ਮਲਾਹ ਨੂੰ ਲੈ ਕੇ ਦਸਵੇਂ ਪਾਤਸ਼ਾਹ ਜਮਨਾ 'ਚ ਜਾਂਦੇ ਆ, ਉੱਧਰੋਂ ਰਾਮ ਰਾਏ ਇੱਕ ਜਣੇ ਨੂੰ ਲੈ ਕੇ ਜਾਂਦੇ, ਅਤੇ ਉੱਥੇ ਜਾ ਕੇ ਰਾਮ ਰਾਏ ਜੀ ਜਿਹੜੀ ਇੱਕ ਬੇੜੀ 'ਚੋਂ ਸਵਾਰ ਹੋ ਕੇ ਦਸਵੇਂ ਪਾਤਸ਼ਾਹ ਦੀ 'ਚੋਂ ਜਾਂਦੇ ਆ। ਇੱਥੋਂ ਤੱਕ ਲਿਖਿਆ ਉਹ ਮਲਾਹ ਵੀ ਭੇਜ ਦਿੱਤੇ ਜਾਂਦੇ, ਦੋਨੇ ਜਣੇ ਬੈਠ ਕੇ ਘੰਟਿਆਂ ਬੱਧੀ ਗੱਲਾਂ ਕਰਦੇ ਰਹੇ ਨਦੀ ਦੇ ਵਿੱਚ। ਇੱਕ ਕਿਨਾਰੇ 'ਤੇ ਦਸਵੇਂ ਪਾਤਸ਼ਾਹ ਦੇ ਸਿੱਖ ਖਲੋਤੇ ਸੀਗੇ, ਇੱਕ ਕਿਨਾਰੇ ਦੇ ਉੱਤੇ ਜਿਹੜੇ ਸੀਗੇ ਉਹਦੀ ਸਿੱਖ ਆਪਣੀ ਸੰਗਤ ਖਲੋਤੀ ਹੋਈ ਸੀਗੀ। ਗੁਰੂ ਸਾਹਿਬ ਦਾ ਹੁਕਮ ਸੀਗਾ ਰਾਮ ਰਾਏ ਦੇ ਮੱਥੇ ਨਹੀਂ ਲੱਗਣਾ, ਅਤੇ ਜਿਹੜੇ ਸਿੱਖ ਸੀਗੇ ਰਾਮ ਰਾਏ ਉੱਧਰ ਨੂੰ, ਭਾਵੇਂ ਉਹਨਾਂ ਨੂੰ ਉਸ ਵੇਲੇ ਗੁਰੂ ਸਾਹਿਬ ਵੱਲ ਵੀ ਪਿੱਠ ਕਰਨੀ ਪਈ, ਪਰ ਗੁਰੂ ਸਾਹਿਬ ਜਿਹੜੇ ਸੀ ਉਹਨਾਂ ਨੇ ਸਿੱਖਾਂ ਨੇ ਰਾਮ ਰਾਏ ਦੇ ਮੱਥੇ ਨਹੀਂ ਲੱਗੇ, ਇਹ ਗੁਰੂ ਸਾਹਿਬ ਦਾ ਹੁਕਮ ਸੀ। ਤੁਸੀਂ ਕਹੋਗੇ ਕਿੱਦਾਂ ਹੋ ਗਿਆ, ਰਾਮ ਗੁਰੂ ਸਾਹਿਬ ਆਪ ਮਿਲ ਰਹੇ ਆ ਅਤੇ ਸਿੱਖਾਂ ਨੂੰ ਮੱਥੇ ਨਾ ਲੱਗਣ ਦਾ? ਦੇਖੋ, ਅਸੀਂ ਗੁਰ ਕੀ ਕਰਨੀ ਕਾਹੇ ਧਾਵੋ, ਅਸੀਂ ਗੁਰੂ ਸਾਹਿਬ ਦੀ ਬਰਾਬਰਤਾ ਨਹੀਂ ਕਰ ਸਕਦੇ, ਅਸੀਂ ਗੁਰੂ ਸਾਹਿਬ ਦਾ ਹੁਕਮ ਮੰਨਣਾ ਹੁੰਦਾ ਵਾ। ਚਲੋ, ਉੱਥੇ ਬਹੁਤ ਗੱਲ ਹੁੰਦੀ ਆ, ਰਾਮ ਰਾਏ ਜੀ ਆਪਣਾ ਦੁੱਖ ਸੁਣਾਉਂਦੇ ਦਸਵੇਂ ਪਾਤਸ਼ਾਹ ਨੂੰ ਕਿ ਮੈਨੂੰ ਮਸੰਦ ਬਹੁਤ ਤੰਗ ਕਰਦੇ ਆ, ਮੇਰੇ 'ਤੇ ਬਹੁਤ ਅੱਤਿਆਚਾਰ ਕਰ ਰਹੇ ਆ, ਤੁਸੀਂ ਕਿਰਪਾ ਕਰਨੀ, ਮੇਰੇ ਉੱਤੇ ਵੀ ਕਿਰਪਾ ਕਰਨੀ ਅਤੇ ਮੇਰੇ ਪਰਿਵਾਰ ਦੀ ਵੀ ਰੱਖਿਆ ਕਰਨੀ। ਇੱਥੇ ਇਤਿਹਾਸ ਜ਼ਿਕਰਯੋਗ ਆ ਕਿ ਤਕਰੀਬਨ 1 ਸਾਲ ਬਾਅਦ ਰਾਮ ਰਾਏ ਜੀ ਨੂੰ ਮਸੰਦਾਂ ਨੇ ਰਜਾਈ ਦੇ ਵਿੱਚ ਘੁੱਟ ਕੇ ਮਾਰ ਦਿੱਤਾ ਸੀਗਾ, ਰਜਾਈ 'ਚ ਘੁੱਟ ਕੇ ਮਾਰ ਕੇ ਫਿਰ ਉੱਥੇ ਹੀ ਉਹਨਾਂ ਨੂੰ ਅੱਗ ਲਾ ਦਿੱਤੀ ਸੀ। ਇਸ ਤਰ੍ਹਾਂ ਉਹਨਾਂ ਦੀ ਮੌਤ ਹੁੰਦੀ ਆ। ਫਿਰ ਉਹਨਾਂ ਦੀ ਜਿਹੜੀ ਪਤਨੀ ਪੰਜਾਬ ਕੌਰ, ਉਹਦੇ ਸੱਦੇ 'ਤੇ ਦਸਵੇਂ ਪਾਤਸ਼ਾਹ ਆਪ ਵੀ ਆਏ ਦੱਸਦੇ ਹਨ ਕਿ ਜਦੋਂ ਉਹਦਾ ਜਿਹੜਾ ਸੀਗਾ ਰਾਮ ਰਾਏ ਜੀ ਦੇ ਜਿਹੜੀਆਂ ਜਿਵੇਂ ਆਪਾਂ ਭੋਗ ਪਾਉਂਦੇ ਹਾਂ ਦਸਵੇਂ 'ਤੇ ਜਾਂ ਇੱਦਾਂ ਹੋਣਾ ਸੀਗਾ, ਅਤੇ ਇੱਥੇ ਵੀ ਸਿੰਘਾਂ ਦੀ ਫਿਰ ਜਿਹੜੇ ਉਹ ਰਾਮ ਰਾਏ ਨੂੰ ਮੰਨਣ ਵਾਲੇ ਸੀਗੇ ਉਹਨਾਂ ਦੇ ਨਾਲ ਉਦੋਂ ਵੀ ਬੋਲ ਵਿਗਾੜ ਹੋਇਆ ਸੀਗਾ। ਦਸਵੇਂ ਪਾਤਸ਼ਾਹ ਆਪ ਮਿਲੇ ਆ ਰਾਮ ਰਾਏ ਜੀ ਨੂੰ, ਪਰ ਸਿੱਖ ਨੂੰ ਹੁਕਮ ਆ ਕਿ ਅਸੀਂ ਇਹਨਾਂ ਦੇ ਨਾਲ ਨਾਤਾ ਨਹੀਂ ਰੱਖਣਾ। ਇੱਕ ਸਾਡੇ ਵਾਸਤੇ ਇੱਕ ਦੋਹਰਾ ਵੀ ਹੈ, ਸਿਰ ਗੁੰਮੀਏ ਮੀਣੀਏ ਮਸੰਦੀਏ ਜਾਣ, ਰਾਮ ਰਾਈਏ ਧੀਰ ਮੱਲੀਏ ਇਨ ਸਿਓ ਮੇਲ ਨਾ ਮਾਣ, ਇਹਨਾਂ ਦੇ ਨਾਲ ਕੋਈ ਮੇਲ ਜੋਲ ਨਹੀਂ ਰੱਖਣਾ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਹੜੇ ਸੀ ਨਾ, ਉਹਨਾਂ ਦੀ ਉਮਰ ਰਾਮ ਰਾਏ ਤੋਂ ਛੋਟੀ ਸੀ ਦੁਨਿਆਵੀ, ਪਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹਨਾਂ ਦੇ ਚਾਚਾ ਜੀ ਲੱਗਦੇ ਸੀਗੇ। ਅਸੀਂ ਇਸ ਸਥਾਨ 'ਤੇ ਆਏ ਹਾਂ ਵੇਖਣ ਆਏ, ਇਹਨਾਂ ਨੇ ਆਪਣਾ ਹੀ ਜਿਵੇਂ ਪ੍ਰਿਥੀ ਚੰਦ ਦੇ ਪੁੱਤਰ ਮਿਹਰਬਾਨ ਨੇ ਵੀ ਆਪਣਾ ਇੱਕ ਗ੍ਰੰਥ ਤਿਆਰ ਕਰ ਲਿਆ ਸੀਗਾ ਬਾਣੀ ਦਾ, ਜਿਵੇਂ ਪਿੱਛੇ ਜੀ ਭਨਿਆਰੇ ਵਾਲੇ ਨੇ ਕੀਤਾ, ਇੱਦਾਂ ਹੀ ਇਹਨਾਂ ਨੇ ਵੀ ਇੱਕ ਆਪਣਾ ਵੱਖਰਾ ਗ੍ਰੰਥ ਤਿਆਰ ਕੀਤਾ ਸੀ ਜਿਹਨੂੰ ਅੱਜ ਪੂਜਦੇ ਵੀ ਆ, ਪੜ੍ਹਦੇ ਵੀ ਆ, ਅਸੀਂ ਹੁਣ ਵੀ ਅੰਦਰ ਜਾ ਕੇ ਆਏ ਹਾਂ। ਇਹ ਉਹਨਾਂ ਦਾ ਯਾਦ ਮੇਨ ਜਿਹੜਾ ਸਥਾਨ ਦੇਹਰਾਦੂਨ ਦੇ ਵਿੱਚ ਬਣਿਆ ਹੋਇਆ ਵਾ,
ਅਤੇ ਇਹ ਇੱਥੋਂ ਤੱਕ ਦੀ ਜਿਹੜੀ ਅਸੀਂ ਇਤਿਹਾਸ ਦੀ ਜਿੰਨੀ ਕੁ ਸਾਨੂੰ ਜਾਣਕਾਰੀ ਸੀ ਤੁਹਾਡੇ ਨਾਲ ਸਾਂਝ ਪਾਈ ਆ। ਹੋਈਆਂ ਭੁੱਲਾਂ ਦੀ ਮੁਆਫੀ ਜੀ, ਸ਼ੇਅਰ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।